ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰਿਓ, ਗੱਲਬਾਤ ਆਪਾਂ ਨੇ ਅੱਜ ਜਿਹੜੀ ਕਰਨੀ ਹੈ, ਇੱਕ ਐਸੇ ਦਰਿਆ ਦਿਲ ਜੁਝਾਰੂ ਸਿੰਘ ਬਾਰੇ ਕਰਨੀ ਹੈ, ਜਿਨ੍ਹਾਂ ਦੇ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਸੋ ਗੱਲ ਕਰਨੀ ਹੈ ਆਪਾਂ ਨੇ ਅੱਜ ਸ਼ਹੀਦ ਭਾਈ ਸੁਖਦੇਵ ਸਿੰਘ ਪੱਧਰੀ ਦੇ ਬਾਰੇ। ਸੋ ਇਹਨਾਂ ਨਾਲ ਜੁੜੀਆਂ ਹੋਈਆਂ ਉਹ ਦਿਲਚਸਪ ਘਟਨਾਵਾਂ ਤੁਹਾਨੂੰ ਦੱਸਾਂਗੇ, ਜੋ ਤੁਸੀਂ ਸ਼ਾਇਦ ਹੀ ਪਹਿਲਾਂ ਸੁਣੀਆਂ ਹੋਣ। ਸੋ ਵੀਡੀਓ ਨੂੰ ਸਾਰੀ ਨੂੰ ਸੁਣਨਾ ਧਿਆਨ ਨਾਲ, ਅਤੇ ਅੱਗੇ ਜ਼ਰੂਰ ਸ਼ੇਅਰ ਕਰਨਾ, ਔਰ ਜਿਨ੍ਹਾਂ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ, ਉਹ ਕਰ ਲੈਣ ਅਤੇ ਬੈਲ ਵਾਲਾ ਬਟਨ ਦੱਬ ਲੈਣ, ਤਾਂ ਕਿ ਨਵੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ। ਸੋ ਗੁਰੂ ਪਿਆਰਿਓ, ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਵਿੱਚ ਪੈਂਦਾ ਪਿੰਡ ਚਮਿਆਰੀ, ਅੰਮ੍ਰਿਤਸਰ ਫਤਿਹਗੜ੍ਹ ਚੂੜੀਆਂ ਰੋਡ 'ਤੇ ਸਥਿਤ ਹੈ। ਇਸ ਪਿੰਡ ਦੇ ਗੁਰਸਿੱਖ ਸਰਦਾਰ ਅੰਗਰੇਜ਼ ਸਿੰਘ ਅਤੇ ਬੀਬੀ ਪ੍ਰਕਾਸ਼ ਕੌਰ ਦੇ ਘਰ 5 ਪੁੱਤਰਾਂ ਅਤੇ 3 ਧੀਆਂ ਦਾ ਜਨਮ ਹੋਇਆ, ਜਿਨ੍ਹਾਂ ਵਿੱਚੋਂ ਬਲਵੰਤ ਸਿੰਘ, ਸੁਰਿੰਦਰ ਕੌਰ, ਨਰਿੰਦਰ ਕੌਰ, ਕਾਰਜ ਸਿੰਘ, ਦਰਸ਼ਨ ਕੌਰ, ਬਲਦੇਵ ਸਿੰਘ, ਸੁਖਦੇਵ ਸਿੰਘ ਅਤੇ ਜਸਪਾਲ ਸਿੰਘ। ਸੰਨ 1960 ਦੇ ਵਿੱਚ ਜਨਮੇ ਸੁਖਦੇਵ ਸਿੰਘ ਨੂੰ ਜਵਾਨੀ 'ਚ ਪੈਰ ਧਰਨ ਤੱਕ ਸਿੱਖ ਧਰਮ ਬਾਰੇ ਕੋਈ ਜਾਣਕਾਰੀ ਨਹੀਂ ਸੀ। ਕਬੱਡੀ ਦਾ ਖਿਡਾਰੀ ਬਣਨ ਪਿੱਛੋਂ ਉਸ ਨੇ ਸਿੱਖਾਂ ਦੀ ਮੋਹਰ ਕੇਸ ਵੀ ਕਤਲ ਕਰਵਾ ਦਿੱਤੇ ਸਨ। ਉਹਦੀ ਦੁਨਿਆਵੀ ਪੜ੍ਹਾਈ ਅਜੇ ਜਾਰੀ ਸੀ ਜਦੋਂ ਉਹਦਾ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਵਿਸ਼ਵਾਸ ਪਾਤਰ ਭਾਈ ਗੁਰਿੰਦਰ ਸਿੰਘ ਭੋਲਾ ਦੇ ਨਾਲ ਮੇਲ ਜੋਲ ਬਣਿਆ। ਤਰਨ ਤਾਰਨ ਦੇ ਭਾਈ ਗੁਰਿੰਦਰ ਸਿੰਘ ਭੋਲਾ, ਜਿਸ ਨੂੰ ਸੰਤ ਭਿੰਡਰਾਂ ਵਾਲੇ ਪਿਆਰ ਨਾਲ ਭੋਲਾ ਪੈਟਰੋਲ ਵੀ ਕਹਿੰਦੇ ਸਨ, ਉਹਨਾਂ ਦੀ ਮਾਸੀ ਪਿੰਡ ਚਮਿਆਰੀ ਦੇ ਵਸਨੀਕ ਸੀ। ਭਾਈ ਗੁਰਿੰਦਰ ਸਿੰਘ ਭੋਲਾ ਵਧੇਰੇ ਕਰਕੇ ਆਪਣੀ ਮਾਸੀ ਦੇ ਕੋਲ ਪਿੰਡ ਚਮਿਆਰੀ ਵਿੱਚ ਹੀ ਰਹਿੰਦੇ ਹੁੰਦੇ ਸਨ। ਭਾਈ ਭੋਲੇ ਦੀ ਸੰਗਤ ਨਾਲ ਭਾਈ ਸੁਖਦੇਵ ਸਿੰਘ ਨੇ ਕੇਸ ਕਤਲ ਕਰਨੇ ਛੱਡ ਦਿੱਤੇ ਅਤੇ ਸੰਤ ਭਿੰਡਰਾਂ ਵਾਲਿਆਂ ਕੋਲ ਆਉਣ ਜਾਣ ਉਹਦਾ ਸ਼ੁਰੂ ਹੋ ਗਿਆ। ਛੇਤੀ ਹੀ ਉਸ ਨੇ ਅੰਮ੍ਰਿਤਪਾਨ ਕਰ ਲਿਆ। ਭਾਈ ਸੁਖਦੇਵ ਸਿੰਘ ਦੀ ਦਲੇਰੀ ਪਰਖਣ ਦੇ ਲਈ ਭਾਈ ਗੁਰਿੰਦਰ ਸਿੰਘ ਭੋਲਾ ਨੇ ਇੱਕ ਦਿਨ ਇੱਕ ਅਜੀਬ ਖੇਡ ਖੇਡੀ। ਭਾਈ ਸੁਖਦੇਵ ਸਿੰਘ ਨੇ ਆਪਣੀ ਪ੍ਰੀਖਿਆ ਦੇ ਸੰਬੰਧ ਵਿੱਚ ਡਿਗਰੀ ਕਾਲਜ ਅਜਨਾਲਾ ਪਹੁੰਚਣਾ ਸੀ ਤਾਂ, ਪਰ ਭਾਈ ਗੁਰਿੰਦਰ ਸਿੰਘ ਭੋਲਾ ਨੇ ਕਿਹਾ ਕਿ ਤੈਨੂੰ ਮੈਂ ਉੱਥੇ ਆਪ ਛੱਡ ਕੇ ਆਉਣਾ, ਪਰ ਪਹਿਲਾਂ ਇੱਕ ਹੋਰ ਪ੍ਰੀਖਿਆ ਦੇਣੀ ਹੈ। ਉਹ ਭਾਈ ਸੁਖਦੇਵ ਸਿੰਘ ਕਹਿੰਦਾ ਕਿ ਕਿਹੜੀ? ਕਹਿੰਦਾ ਚੱਲ ਵੇਖਦੇ ਹਾਂ। ਇਹ ਕਹਿ ਕੇ ਭਾਈ ਗੁਰਿੰਦਰ ਸਿੰਘ ਭੋਲਾ ਨੇ ਸੁਖਦੇਵ ਸਿੰਘ ਨੂੰ ਜੀਪ ਦੇ ਵਿੱਚ ਬਿਠਾਇਆ ਅਤੇ ਅੰਮ੍ਰਿਤਸਰ ਵੱਲ ਨੂੰ ਚੱਲ ਪਏ। ਕਚਹਿਰੀ ਦੇ ਕੋਲ ਇੱਕ CRP ਜਵਾਨ ਹਥਿਆਰ ਲੈ ਕੇ ਡਿਊਟੀ 'ਤੇ ਖੜ੍ਹਾ ਸੀ ਤਾਂ ਭਾਈ ਭੋਲੇ ਨੇ ਸਾਹਮਣੇ ਜਾ ਕੇ ਸੜਕ ਦੇ ਦੂਜੇ ਪਾਸੇ ਜੀਪ ਰੋਕਤੀ ਅਤੇ ਹੁਣ ਭੋਲੇ ਨੇ CRP ਵਾਲੇ ਵੱਲ ਇਸ਼ਾਰਾ ਕਰਕੇ ਕਿਹਾ ਕਿ ਉਹ CRP ਵਾਲੇ ਦਾ ਹਥਿਆਰ ਖੋਹ ਕੇ ਲਿਆਉਣਾ। ਇੱਕ ਇੱਕ ਜਣਾ ਅੱਗੇ ਜਾ ਕੇ ਹਥਿਆਰ ਖੋਵੇ ਅਤੇ ਦੂਜੇ ਨੂੰ ਇੱਥੇ ਜੀਪ 'ਚ ਹਥਿਆਰ ਸੰਭਾਲ ਕੇ ਤਿਆਰ ਬਤਿਆਰ ਰਹਿਣਾ ਪੈਣਾ ਹੈ। ਤਾਂ ਭਾਈ ਸੁਖਦੇਵ ਸਿੰਘ ਸਾਹਮਣੇ ਪਰਖ ਦੀ ਘੜੀ ਆ ਖਲੋਤੀ ਸੀ। ਭੋਲੇ ਨੇ ਕਿਹਾ, ਗੱਲ ਕਰ, ਜਾਂ ਤੂੰ ਖੋ ਕੇ ਲਿਆ ਕੇ ਲਿਆ ਅਤੇ ਮੈਂ ਇੱਥੇ ਹਥਿਆਰ ਸੰਭਾਲ ਕੇ ਬਹਿਣਾ, ਅਤੇ ਜਾਂ ਮੈਂ ਜਾਣਾ ਤੂੰ ਹਥਿਆਰ ਸੰਭਾਲ ਕੇ ਬਹਿ ਜਾ। ਤਾਂ ਸੁਖਦੇਵ ਸਿੰਘ ਨੂੰ ਸਿੰਘ ਨੇ ਵੀ ਬਹੁਤ ਹੀ ਸੋਚ ਵਿਚਾਰ ਨਾ ਕੀਤੀ ਅਤੇ ਕਹਿਣ ਲੱਗੇ, ਹਥਿਆਰ ਚਲਾਉਣਾ ਤਾਂ ਮੈਨੂੰ ਨਹੀਂ ਆਉਂਦਾ, ਇਸ ਲਈ ਮੈਂ ਖੋ ਕੇ ਹੀ ਲਿਆਉਣਾ, ਤੂੰ ਪਿੱਛੇ ਹਥਿਆਰ ਸੰਭਾਲ ਕੇ ਬੈਠ। ਅਤੇ ਪਲਾਂ 'ਚ ਹੀ ਐਕਸ਼ਨ ਹੋਇਆ। ਭੋਲਾ ਹਥਿਆਰ ਸੰਭਾਲ ਕੇ ਸ਼ਿਸ਼ਤ ਲੈ ਕੇ ਬੈਠਾ ਰਿਹਾ ਅਤੇ ਭਾਈ ਸੁਖਦੇਵ ਸਿੰਘ ਪੱਧਰੀ ਆਮ ਰਾਹੀ ਵਾਂਗ ਤੁਰਦਾ ਹੋਇਆ ਅੱਗੇ ਵਧਿਆ ਅਤੇ ਇੱਕਦਮ CRP ਵਾਲੇ ਦੇ ਗਲ ਜਾ ਪਿਆ। CRP ਵਾਲਾ ਵੀ ਬੇਸ਼ੱਕ ਲੰਮੀ ਟ੍ਰੇਨਿੰਗ 'ਚੋਂ ਨਿਕਲਿਆ ਸਿਪਾਹੀ ਸੀ, ਪਰ ਕਬੱਡੀ ਦੇ ਖਿਡਾਰੀ ਸੁਖਦੇਵ ਸਿੰਘ ਜਿੰਨੀ ਦਲੇਰੀ ਉਸ ਵਿੱਚ ਨਹੀਂ ਸੀ। CRP ਵਾਲੇ ਦੀ ਕਾਰਬਾਈਨ ਇੱਕ ਸੰਗਲੀ 'ਚ ਬੰਨ੍ਹੀ ਹੋਣ ਦੇ ਕਾਰਨ ਸੁਖਦੇਵ ਸਿੰਘ ਨਾ ਖੋ ਸਕਿਆ, ਪਰ ਫਿਰ ਵੀ ਉਹ ਉਕਤ ਸਿਪਾਹੀ ਦੀ ਵਾਇਰਲੈਸ ਖੋ ਕੇ ਛਾਲਾਂ ਮਾਰਦਾ ਫੁਰਤੀ ਨਾਲ ਜੀਪ 'ਚ ਆ ਚੜਿਆ। ਬੌਂਦਲੇ ਹੋਏ CRP ਵਾਲੇ ਨੇ ਗੋਲੀ ਤਾਂ ਕੀ ਚਲਾਉਣੀ ਸੀ, ਉਸਨੂੰ ਕਾਰਬਾਈਨ ਸਿੱਧੀ ਕਰਨ ਦੀ ਵੀ ਹੋਸ਼ ਨਾ ਰਹੀ। ਜਦੋਂ ਤੱਕ ਮੌਕੇ 'ਤੇ ਹੋਰ ਫੋਰਸ ਪਹੁੰਚੀ, ਭਾਈ ਗੁਰਿੰਦਰ ਸਿੰਘ ਭੋਲਾ ਅਤੇ ਸੁਖਦੇਵ ਸਿੰਘ ਉੱਥੋਂ ਹਰਨ ਹੋ ਚੁੱਕੇ ਸਨ। ਭਾਈ ਗੁਰਿੰਦਰ ਸਿੰਘ ਭੋਲਾ ਨੇ ਜੀਪ 'ਤੇ ਸੁਖਦੇਵ ਸਿੰਘ ਨੂੰ ਡਿਗਰੀ ਕਾਲਜ ਛੱਡਿਆ ਅਤੇ ਖੋਏ ਹੋਏ ਵਾਇਰਲੈਸ ਸੈੱਟ ਨੂੰ ਜਾ ਕੇ ਸੰਤਾਂ ਕੋਲ ਪਹੁੰਚਾ ਦਿੱਤਾ। ਕਾਮਲਪੁਰਾ ਪਿੰਡ ਦਾ ਸੁਰਿੰਦਰ ਸਿੰਘ
ਜਿਹਨੂੰ ਸਿੰਘ ਸੋਢੀ ਕਹਿੰਦੇ ਸਨ, ਇਹਨਾਂ ਦੋਹਾਂ ਦਾ ਸਾਥੀ ਸੀ। ਉਹ ਤਿੰਨ ਇਹ ਤਿੰਨੇ ਸਿੰਘ ਹੁਣ ਹਰ ਐਕਸ਼ਨ 'ਚ ਇਕੱਠੇ ਹੀ ਰਹਿੰਦੇ ਸਨ। 84 ਦੇ ਘੱਲੂਘਾਰੇ ਤੋਂ ਕੁਝ ਸਮਾਂ ਪਹਿਲਾਂ ਭਾਈ ਗੁਰਿੰਦਰ ਸਿੰਘ ਭੋਲਾ ਅਤੇ ਭਾਈ ਦਲਜੀਤ ਸਿੰਘ ਬੋਧੂ ਜਦੋਂ ਜੰਡਿਆਲੇ ਕੋਲੋਂ ਗ੍ਰਿਫਤਾਰ ਹੋ ਗਏ ਤਾਂ ਭਾਈ ਸੁਖਦੇਵ ਸਿੰਘ ਚਮਿਆਰੀ ਅਤੇ ਭਾਈ ਸੁਰਿੰਦਰ ਸਿੰਘ ਸੋਢੀ ਕਾਮਲਪੁਰਾ ਵੀ ਇੱਕ ਐਕਸ਼ਨ ਦੇ ਦੌਰਾਨ ਅੰਮ੍ਰਿਤਸਰ ਦੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਏ ਗਏ। ਜਦੋਂ ਕਾਂਗਰਸ ਹਕੂਮਤ ਨੇ ਸ਼੍ਰੀ ਹਰਿਮੰਦਰ ਸਾਹਿਬ 'ਤੇ ਫੌਜੀ ਹਮਲਾ ਕੀਤਾ ਤਾਂ ਉਦੋਂ ਭਾਈ ਸੁਖਦੇਵ ਸਿੰਘ ਅਤੇ ਸੁਰਿੰਦਰ ਸਿੰਘ ਸੋਢੀ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਸਨ। ਤਾਂ ਹਰਿਮੰਦਰ ਸਾਹਿਬ ਦੇ ਹਮਲੇ ਤੋਂ ਬਾਅਦ ਤੋਲਾ ਨੰਗਲ ਪਿੰਡ 'ਚੋਂ ਭਾਈ ਸਤਨਾਮ ਸਿੰਘ ਛੀਨਾ ਦੇ ਨਾਲ ਘਰੋਂ ਕੌਮੀ ਸੇਵਾ ਲਈ ਰੂਹ ਪੋਸ਼ ਹੋਇਆ ਨੌਜਵਾਨ ਕੁਲਦੀਪ ਸਿੰਘ, ਜਿਹਦੀ ਕਿ ਬੰਗਾਰ ਮੈਗਜ਼ੀਨ ਵਿੱਚ ਵੀ ਜੀਵਨੀ ਛਪੀ ਹੋਈ ਹੈ ਅਤੇ ਇਹਦੀ ਆਪਾਂ ਲੱਭ ਕੇ ਤੁਹਾਨੂੰ ਉਹਦੇ ਬਾਰੇ ਵੀਡੀਓ ਬਣਾਵਾਂਗੇ। ਤਾਂ ਭਾਈ ਸੁਖਦੇਵ ਸਿੰਘ ਪੱਧਰੀ ਦਾ ਭਣੇਵਾਂ ਸੀ ਉਹ। ਜਦੋਂ ਭਾਈ ਕੁਲਦੀਪ ਸਿੰਘ ਦਾ ਪਰਿਵਾਰ ਇਹਨਾਂ ਨੂੰ ਲੱਭ ਰਿਹਾ ਸੀ ਤਾਂ ਉਦੋਂ ਕੁਲਦੀਪ ਸਿੰਘ ਦੀ ਮਾਤਾ ਬੀਬੀ ਸੁਰਿੰਦਰ ਕੌਰ ਨੇ ਅੰਮ੍ਰਿਤਸਰ ਜੇਲ੍ਹ 'ਚ ਬੰਦ ਆਪਣੇ ਭਰਾ ਸੁਖਦੇਵ ਸਿੰਘ ਨਾਲ ਮੁਲਾਕਾਤ ਕਰਕੇ ਪੁੱਛਿਆ ਕਿ ਜੇਕਰ ਤੁਹਾਨੂੰ ਹੀ ਕੁਲਦੀਪ ਸਿੰਘ ਦੇ ਬਾਰੇ ਕੋਈ ਖਬਰ ਹੈ ਤਾਂ ਦੱਸ ਦਿਓ। ਤਾਂ ਭਾਈ ਸੁਖਦੇਵ ਸਿੰਘ ਦਾ ਜਵਾਬ ਸੀ ਕਿ ਅਸੀਂ ਤਾਂ ਜੇਲ੍ਹ 'ਚ ਬੈਠੇ ਹਾਂ, ਸਾਨੂੰ ਕੀ ਪਤਾ ਹੋਣਾ, ਪਰ ਲੱਗਦਾ ਉਹ ਪਾਰ ਲੰਘ ਗਿਆ ਹੋਣਾ। ਤਾਂ ਭਾਈ ਸੁਖਦੇਵ ਸਿੰਘ ਹੋਰੀ 1985 'ਚ ਜ਼ਮਾਨਤਾਂ ਹੋ ਜਾਣ ਪਿੱਛੋਂ ਜੇਲ੍ਹ 'ਚੋਂ ਬਾਹਰ ਆ ਗਏ ਅਤੇ ਖੇਤੀਬਾੜੀ ਕਰਨ ਲੱਗ ਪਏ। ਪਰ ਸੰਤ ਭਿੰਡਰਾਂ ਵਾਲਿਆਂ ਦੀ ਸੰਗਤ ਮਾਣ ਚੁੱਕੇ ਹਰ ਸਿੰਘ ਤੋਂ ਸਮੇਂ ਦੀ ਹਕੂਮਤ ਇਸ ਤਰ੍ਹਾਂ ਭੈ ਖਾਂਦੀ ਸੀ ਜਿਵੇਂ ਕਿ ਕਾਂ ਗੁਲੇਲ ਕੋਲੋਂ। ਇੱਕ ਸਥਾਨਕ ਫੌਜੀ ਛਾਉਣੀ ਦੇ ਵਿੱਚ ਭਾਈ ਸੁਖਦੇਵ ਸਿੰਘ ਨੂੰ ਰੋਜ਼ਾਨਾ ਹਾਜ਼ਰੀ ਲਵਾਉਣ ਲਈ ਆਖਿਆ ਗਿਆ। ਇਹ ਵੀ ਕਿਹਾ ਗਿਆ ਕਿ ਪਿੰਡੋਂ ਬਾਹਰ ਜਦੋਂ ਵੀ ਜਾਣਾ ਹੋਵੇ ਇਸ ਬਾਰੇ ਫੌਜੀ ਕੈਂਪ ਵਿੱਚ ਲਿਖਵਾ ਕੇ ਲੈ ਜਾਣਾ ਹੈ। ਭਾਈ ਸੁਖਦੇਵ ਸਿੰਘ ਇਹ ਹਕੂਮਤੀ ਸ਼ਰਤਾਂ ਵੀ 2 ਮਹੀਨੇ ਨਿਭਾਉਂਦੇ ਰਹੇ। ਫਿਰ ਫੌਜ ਦੇ ਇੱਕ ਸਿੱਖ ਅਫਸਰ ਨੇ ਇੱਕ ਦਿਨ ਸੁਖਦੇਵ ਸਿੰਘ ਨੂੰ ਆਪਣੇ ਕੋਲ ਸੱਦ ਕੇ ਕਿਹਾ, ਉਹ ਕਹਿੰਦਾ ਤੇਰੀ ਰਿਪੋਰਟ ਦੇ ਕੁਝ ਨਵੇਂ ਕਾਗਜ਼ ਆਏ ਨੇ, ਉਹਨਾਂ ਕਾਗਜ਼ਾਂ ਨੂੰ ਵੇਖ ਕੇ ਮੈਨੂੰ ਪੂਰਾ ਖਦਸ਼ਾ ਹੈ ਕਿ ਇਹਨਾਂ ਨੇ ਤੈਨੂੰ ਹੁਣ ਛੱਡਣਾ ਨਹੀਂ, ਮਾਰ ਦੇਣਾ। ਇਸ ਲਈ ਤੂੰ ਕਿਸੇ ਆਸੇ ਪਾਸੇ ਲੋਕੇ ਆਪਣਾ ਬਚਾਅ ਕਰ ਲੈ ਜੇ ਕਰ ਸਕਦਾ। ਇਹ ਸੁਣ ਕੇ ਭਾਈ ਸੁਖਦੇਵ ਸਿੰਘ ਨੇ ਉਸ ਫੌਜੀ ਅਫਸਰ ਦਾ ਧੰਨਵਾਦ ਕੀਤਾ ਅਤੇ ਚੁੱਪ ਚਪੀਤੇ ਪਿੰਡ ਛੱਡ ਦਿੱਤਾ। ਕਰਨਾਲ ਜਾ ਕੇ ਲੁਕ ਛਿਪੇ ਆਪ ਰਹਿਣ ਲੱਗ ਪਏ। ਕਈ ਮਹੀਨੇ ਉਹ ਕਰਨਾਲ ਲੁਕ ਛਿਪ ਕੇ ਗੁਜ਼ਾਰਾ ਕਰਦੇ ਰਹੇ। ਅਖੀਰ ਜਦੋਂ ਭਾਈ ਸਤਨਾਮ ਸਿੰਘ ਛੀਨਾ ਅਤੇ ਕੁਲਦੀਪ ਸਿੰਘ ਤੋਲੇ ਨੰਗਲ ਹੋਰਾਂ ਨੇ ਜੁਝਾਰੂ ਸੰਘਰਸ਼ ਆਰੰਭ ਕੀਤਾ ਤਾਂ ਉਹਨਾਂ ਦੋਹਾਂ ਨੇ ਭਾਈ ਸੁਖਦੇਵ ਸਿੰਘ ਨੂੰ ਕਰਨਾਲ ਜਾ ਕੇ ਲੱਭਿਆ ਅਤੇ ਭਾਈ ਛੀਨੇ ਹੋਰੀ ਕਹਿਣ ਲੱਗੇ, ਹੁਣ ਇੱਦਾਂ ਬਹਿ ਕੇ ਨਹੀਂ ਸਰਨਾ, ਤੁਸੀਂ ਪੁਰਾਣੇ ਤਜਰਬੇਕਾਰ ਹੋ, ਅਸੀਂ ਅਜੇ ਨਵੇਂ ਹਾਂ, ਅਤੇ ਆਓ ਸਾਡੇ ਨਾਲ ਆਓ। ਅਤੇ ਲੁਕ ਛਿਪ ਕੇ ਰਹਿਣ ਦੀ ਜ਼ਿੰਦਗੀ ਤੋਂ ਤੰਗ ਆਏ ਹੋਏ ਭਾਈ ਸੁਖਦੇਵ ਸਿੰਘ ਪੱਧਰੀ ਵੀ ਤੁਰੰਤ ਸੰਘਰਸ਼ 'ਚ ਕੁੱਦਣ ਲਈ ਉਹਨਾਂ ਦੇ ਨਾਲ ਤੁਰ ਪਏ। ਇਸ ਗਰੁੱਪ ਨੇ ਅਜਨਾਲੇ ਦੇ ਇਲਾਕੇ 'ਚ ਦੁਸ਼ਟ ਅਤੇ ਟਾਊਟ ਚੁਣ ਚੁਣ ਕੇ ਸੋਧਣੇ ਆਰੰਭ ਕਰਤੇ। ਜੁਝਾਰੂ ਸਫਾਂ ਦੇ ਵਿੱਚ ਭਾਈ ਸੁਖਦੇਵ ਸਿੰਘ ਨੂੰ ਪੱਧਰੀ ਵੀ ਕਿਹਾ ਜਾਂਦਾ ਸੀ। ਭਾਈ ਸੁਖਦੇਵ ਸਿੰਘ ਦੀ ਸਾਲੀ ਪਿੰਡ ਕੱਕੜ 'ਚ ਵਿਆਹੀ ਹੋਈ ਸੀ। ਇੱਕ ਦਿਨ ਭਾਈ ਸੁਖਦੇਵ ਸਿੰਘ ਅਤੇ ਉਹਨਾਂ ਦੀ ਪਤਨੀ ਬੀਬੀ ਛਿੰਦਰ ਕੌਰ ਕੱਕੜ ਪਿੰਡ 'ਚ ਉਹਨਾਂ ਦੇ ਘਰ ਰੁਕੇ। ਇਹਨਾਂ ਨੇ ਆਪਣੇ ਮੰਜੇ ਛੱਤ 'ਤੇ ਲਗਵਾਏ ਸਨ ਤਾਂ ਕਿ ਆਲੇ ਦੁਆਲੇ ਦੀ ਖਬਰ ਰਹੇ। ਲੋਕ ਚਰਚਾ ਦੇ ਅਨੁਸਾਰ ਭਾਈ ਸੁਖਦੇਵ ਸਿੰਘ ਦੀ ਸਾਲੀ ਦੀ ਸੱਸ ਨੇ ਹੀ ਪੁਲਿਸ ਅਤੇ CRP ਨੂੰ ਖਬਰ ਕਰਤੀ। ਛੱਤ 'ਤੇ ਚੁਕੰਨੇ ਹੋ ਕੇ ਲੇਟੇ ਭਾਈ ਸੁਖਦੇਵ ਸਿੰਘ ਅਤੇ ਉਹਨਾਂ ਦੀ ਪਤਨੀ ਨੇ ਜਦੋਂ ਖੇਤਾਂ ਦੀ ਵੱਟੋ ਵੱਟ ਅੱਗੇ ਵਾਧਾ ਆਉਂਦਾ ਬੈਟਰੀਆਂ ਦਾ ਚਾਨਣ ਵੇਖਿਆ ਤਾਂ ਉਹ ਫੁਰਤੀ ਨਾਲ ਉੱਠ ਖਲੋਤੇ। CRP ਨੇ ਆਪਣੇ ਵੱਲੋਂ ਤਾਂ ਘੇਰਾ ਇੱਕਦਮ ਚਾਰਜ ਫੇਰੇ ਤੋਂ ਪਾਇਆ ਸੀ, ਪਰ ਪਹਿਲਾਂ ਹੀ ਪਤਾ ਲੱਗ ਜਾਣ ਦੇ ਕਾਰਨ ਭਾਈ ਸੁਖਦੇਵ ਸਿੰਘ ਅਤੇ ਉਹਨਾਂ ਦੀ ਪਤਨੀ ਮਾਮੂਲੀ ਜਿਹੀ ਝੜੱਪ ਪਿੱਛੋਂ CRP ਦੀਆਂ ਸਫਾਂ ਚੀਰ ਕੇ ਨਿਕਲ ਗਏ। ਇਸ ਘਟਨਾ ਦਾ ਪਤਾ ਜਦੋਂ ਭਾਈ ਸਤਨਾਮ ਸਿੰਘ ਛੀਨਾ ਅਤੇ ਭਾਈ ਕੁਲਦੀਪ ਸਿੰਘ ਤੋਲੇ ਨੰਗਲ ਨੂੰ ਲੱਗਿਆ ਤਾਂ ਉਹ ਮੁਖਬਰੀ ਕਰਨ ਵਾਲਿਆਂ ਦੀ ਸੁਧਾਈ ਲਈ ਹਥਿਆਰ ਤਿਆਰ ਕਰਨ ਲੱਗ ਪਏ। ਭਾਈ ਸੁਖਦੇਵ ਸਿੰਘ ਨੇ ਉਹਨਾਂ ਨੂੰ ਕੋਈ ਵੀ ਕਾਰਵਾਈ ਕਰਨ ਤੋਂ ਰੋਕ ਦਿੱਤਾ। ਜਦੋਂ ਤੱਕ ਭਾਈ ਸੁਖਦੇਵ ਸਿੰਘ ਖੁਦ ਸਰੀਰਕ ਤੌਰ 'ਤੇ ਰਹੇ, ਉਹਨਾਂ ਨੇ ਜੁਝਾਰੂ ਗਰੁੱਪ ਨੂੰ ਉਕਤ ਪਰਿਵਾਰ ਦੇ ਮੈਂਬਰਾਂ ਵਿਰੁੱਧ ਕੋਈ ਕਾਰਵਾਈ ਨਾ ਕਰਨ ਦਿੱਤੀ। 30 ਸਤੰਬਰ 1987 ਨੂੰ ਇਸ ਜੁਝਾਰੂ ਗਰੁੱਪ ਨੇ ਪਿੰਡ ਤੋਲੇ ਨੰਗਲ ਦੇ ਵਿੱਚ 3 ਪੁਲਿਸ ਵਾਲੇ ਮਾਰਤੇ ਅਤੇ ਫਿਰ ਉਹਨਾਂ ਦੇ ਹਥਿਆਰ ਲੈ ਕੇ
ਗੁਰੀਲਾ ਨੀਤੀ ਅਨੁਸਾਰ ਨਿਕਲ ਤੁਰੇ। ਇਸ ਸਮੇਂ ਇਹਨਾਂ ਸਿੰਘਾਂ ਦਾ ਪੰਜ ਜਣਿਆਂ ਦਾ ਗਰੁੱਪ ਸੀ। ਭਾਈ ਸੁਰਿੰਦਰ ਸਿੰਘ ਸੋਢੀ ਕਾਮਲਪੁਰਾ ਅਤੇ ਭਾਈ ਭੁਪਿੰਦਰ ਸਿੰਘ ਭਿੰਦਾ ਇੱਕ ਮੋਟਰਸਾਈਕਲ 'ਤੇ ਨਿਕਲੇ ਅਤੇ ਭਾਈ ਸਤਨਾਮ ਸਿੰਘ ਛੀਨਾ, ਭਾਈ ਸੁਖਦੇਵ ਸਿੰਘ ਚਮਿਆਰੀ, ਭਾਈ ਕੁਲਦੀਪ ਸਿੰਘ ਤੋਲੇ ਨੰਗਲ ਦੂਜੇ ਮੋਟਰਸਾਈਕਲ 'ਤੇ। ਸਾਰੇ ਇਲਾਕੇ 'ਚ ਥਾਂ ਥਾਂ 'ਤੇ ਪੁਲਿਸ ਦਾ ਚੱਕਰ ਵਿਊ ਸੀ ਅਤੇ ਵਾਰਦਾਤ ਤੋਂ ਬਾਅਦ ਪੁਲਿਸ ਫੋਰਸਾਂ ਵੱਲੋਂ ਸਿੰਘਾਂ ਦਾ ਪਿੱਛਾ ਵੀ ਕੀਤਾ ਜਾ ਰਿਹਾ ਸੀ। ਜਦੋਂ ਇਹ ਤਿੰਨੇ ਸਿੰਘ ਪਿੰਡ ਕੋਹਾਲੀ 'ਚ ਪਹੁੰਚੇ ਤਾਂ ਮੋਟਰਸਾਈਕਲ ਖਰਾਬ ਹੋ ਗਿਆ। ਚਾਰੇ ਪਾਸੇ ਨਾਕਾਬੰਦੀ ਹੋ ਰਹੀ ਸੀ ਅਤੇ ਪੁਲਿਸ ਪਿੱਛੇ ਚੜ੍ਹੀ ਆ ਰਹੀ ਸੀ। ਬਹੁਤ ਹੀ ਲੰਮੀ ਸੋਚ ਵਿਚਾਰ ਦਾ ਸਮਾਂ ਨਹੀਂ ਸੀ। ਭਾਈ ਸੁਖਦੇਵ ਸਿੰਘ ਚਮਿਆਰੀ ਨੇ ਭਾਈ ਸਤਨਾਮ ਸਿੰਘ ਛੀਨਾ ਅਤੇ ਭਾਈ ਕੁਲਦੀਪ ਸਿੰਘ ਤੋਲੇ ਨੰਗਲ ਨੂੰ ਜ਼ੋਰ ਪਾ ਕੇ ਉੱਥੋਂ ਕੱਢ ਦਿੱਤਾ ਅਤੇ ਆਪ ਪੁਲਿਸ ਨੂੰ ਰੋਕਣ ਲਈ ਮੋਰਚਾ ਕੱਢ ਕੇ ਬਹਿ ਗਏ। ਪੁਲਿਸ ਦੀਆਂ ਧਾੜਾਂ ਸਿਰ 'ਤੇ ਆ ਚੜ੍ਹੀਆਂ ਅਤੇ ਭਾਈ ਸੁਖਦੇਵ ਸਿੰਘ ਇਕੱਲੇ ਹੀ ਪੁਲਿਸ ਦੀਆਂ ਧਾੜਾਂ ਦਾ ਮੁਕਾਬਲਾ ਕਰਦੇ ਜੈਕਾਰੇ ਛੱਡਦੇ ਹੋਏ ਸ਼ਹੀਦ ਹੋਏ। ਇਸ ਗਹਿ ਗੱਚ ਮੁਕਾਬਲੇ ਵਿੱਚ ਕਈ CRP ਵਾਲੇ ਜ਼ਖਮੀ ਹੋਏ। ਸ਼ਹੀਦੀ ਦੇ ਸਮੇਂ ਉਹਨਾਂ ਦਾ ਭੁਜੰਗੀ ਸਤਿੰਦਰਪਾਲ ਸਿੰਘ ਲਾਡੀ 2 ਮਹੀਨਿਆਂ ਦਾ ਸੀ। ਇਸ ਤਰ੍ਹਾਂ ਸਾਂ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਰਪ੍ਰਸਤੀ ਅਤੇ ਭਾਈ ਗੁਰਿੰਦਰ ਸਿੰਘ ਭੋਲਾ ਵਰਗੇ ਜੁਝਾਰੂਆਂ ਦਾ ਸਾਥ ਮੰਨਣ ਵਾਲਾ ਇਹ ਦਰਿਆ ਦਿਲ ਜੁਝਾਰੂ ਭਾਈ ਸੁਖਦੇਵ ਸਿੰਘ ਚਮਿਆਰੀ ਉਰਫ ਪੱਧਰੀ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਲਗਨ ਅਤੇ ਦ੍ਰਿੜਤਾ ਨਾਲ ਨਿਭਾਉਂਦੇ ਹੋਏ ਸ਼ਹਾਦਤ ਦਾ ਪਰਮ ਪਿਆਲਾ ਪੀ ਗਏ। ਹਾਂਜੀ, ਸੋ ਇਹ ਸੀ ਅੱਜ ਦੀ ਵੀਡੀਓ ਭਾਈ ਸੁਖਦੇਵ ਸਿੰਘ ਪੱਧਰੀ ਜੀ ਦੇ ਬਾਰੇ। ਸੋ ਹੁਣ ਆਪਾਂ ਮਿਲਾਂਗੇ ਤੁਹਾਨੂੰ ਅਗਲੀ ਜਾਣਕਾਰੀ ਦੇ ਨਾਲ। ਉਦੋਂ ਤੱਕ ਦਿਓ ਆ ਗਿਆ। ਸੋ ਜਿਨ੍ਹਾਂ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ, ਉਹ ਜ਼ਰੂਰ ਕਰ ਲੈਣ, ਕਿਉਂਕਿ ਨਵਾਂ ਚੈਨਲ ਬਣਾਇਆ ਆਪਾਂ ਨੇ। ਹੋਰ ਵੀ ਜਾਣਕਾਰੀ ਤੁਹਾਨੂੰ ਇਹਦੇ ਵਿੱਚ ਮਿਲਦੀ ਰਹੂਗੀ। ਸੋ ਮਿਲਦੇ ਹਾਂ ਹੁਣ ਅਗਲੀ ਵੀਡੀਓ ਤੱਕ। ਦਿਓ ਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।